9 ਫਰਵਰੀ ਸਨ 1895 ਇਸ ਦਿਨ ਅਮਰੀਕਾ ਦੇ WG ਮੋਰਗਨ ਨੇ ਪਹਿਲੀ ਵਾਰ ਵਾਲੀਬਾਲ ਖੇਡ ਦਾ ਪ੍ਰਦਰਸ਼ਨ ਕੀਤਾ। ਅੱਜ ਦੇ ਹੀ ਦਿਨ ਸਨ 1942 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਫੌਜ ਦੀ ਰਣਨੀਤੀ ਵਿੱਚ ਤਾਲਮੇਲ ਬਿਠਾਉਣ ਲਈ ਅਮਰੀਕਾ ਦੇ ਜਲ, ਥਲ ਅਤੇ ਹਵਾਈ ਫੌਜਾਂ ਦੇ ਮੁਖੀਆਂ ਨੇ ਪਹਿਲੀ ਵਾਰ ਇੱਕ ਸਾਂਝੀ ਮੀਟਿੰਗ ਕੀਤੀ। ਇਸ ਹੀ ਦਿਨ ਸੰਨ 1943 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੁਆਰਾ ਜਪਾਨ ਨੂੰ ਹਰਾਉਣ ਤੋਂ ਬਾਅਦ ਗੋਡਲ ਕੈਨਲ ਦੀ ਜੰਗ ਖਤਮ ਹੋ ਗਈ। ਇਸ ਹੀ ਦਿਨ ਸੰਨ 1975 ਵਿੱਚ ਜਥੇਦਾਰ ਗਿਆਨੀ ਗੁਰਚਰਨ ਸਿੰਘ ਟੋਹੜਾ ਨੇ ਸਿੱਖ ਮੁੱਦਿਆਂ ਨੂੰ ਹੱਲ ਕਰਨ ਦੇ ਸੁਝਾਅ ਮੰਗਣ ਲਈ ਪਹਿਲਾ ਵਿਸ਼ਵ ਸਿੱਖ ਸੰਮੇਲਨ ਬੁਲਾਇਆ। 9 ਫਰਵਰੀ ਸਨ 1992 ਇਸ ਦਿਨ ਸਿੱਖਾਂ ਨੇ ਭਾਰਤ ਤੋਂ ਆਜ਼ਾਦ ਰਹਿਣ ਦੀ ਇੱਛਾ ਪ੍ਰਗਟਾਉਂਦੇ ਹੋਏ ਭਾਰਤੀ ਸੰਵਿਧਾਨ ਦੇ ਤਹਿਤ ਚੋਣਾਂ ਦਾ ਬਾਈਕਾਟ ਕੀਤਾ। ਭਾਰਤੀ ਸਰਕਾਰ ਦੁਆਰਾ ਜ਼ੋਰ ਪਾਉਣ ਉੱਤੇ ਪੰਜਾਬ ਦੇ ਪਿੰਡਾਂ ਦੇ ਸਿਰਫ 3.5% ਸਿੱਖਾਂ ਨੇ ਹੀ ਵੋਟਾਂ ਪਾਈਆਂ।